ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਹੋਸਟ ਅਤੇ ਦੋਸਤ ਕੁਲਵਿੰਦਰ। ਜੇਕਰ ਗੱਲ ਕਰੀਏ ਸਿੱਧੂ ਮੂਸੇ ਵਾਲੇ ਦੀ, ਤਾਂ ਉਹਨਾਂ ਦੀ ਆਵਾਜ਼ ਸੌਂਗ ਰਾਈਟਿੰਗ ਤੋਂ ਇਲਾਵਾ ਉਹਨਾਂ ਦੇ ਐਟੀਟਿਊਡ ਕਰਕੇ ਵੀ ਸਰੋਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਇਹੀ ਉਹ ਗੱਲਾਂ ਹਨ ਜਿਨ੍ਹਾਂ ਕਰਕੇ ਸਿੱਧੂ ਮੂਸੇ ਵਾਲਾ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਫੇਮਸ ਹਨ। ਇਸੇ ਤਰ੍ਹਾਂ ਦਾ ਹੀ ਇੱਕ ਇੰਸੀਡੈਂਸ ਸਿੱਧੂ ਮੂਸੇ ਵਾਲੇ ਨੇ ਸ਼ੇਅਰ ਕੀਤਾ ਆਪਣੇ ਲਾਈਵ ਸ਼ੋਅ ਦੇ ਵਿੱਚ। ਇਸ ਇੰਸੀਡੈਂਸ ਦੇ ਵਿੱਚ ਕੀ ਹੋਇਆ ਸੀ ਅਤੇ ਸਿੱਧੂ ਮੂਸੇ ਵਾਲੇ ਨੇ ਕੀ ਦੱਸਿਆ ਦਿਖਾਉਣ ਦੇ ਲਈ, ਆਓ ਹੁਣ ਝਲਕ ਮਾਰਦੇ ਹਾਂ ਇਸ ਵੀਡੀਓ 'ਤੇ। ਨਾਲ ਹੀ ਸਿੱਧੂ ਮੂਸੇਵਾਲਾ ਦੇ ਸਾਰੇ ਫੈਨਸ ਨੂੰ ਇੱਕ ਰਿਕੁਐਸਟ ਹੈ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਜਿਹੜੇ ਦੋਸਤਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਵੀ ਰਿਕੁਐਸਟ ਹੈ ਕਿ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬੈੱਲ ਜ਼ਰੂਰ ਔਨ ਕਰ ਲੈਣਾ। ਮੈਨੂੰ ਕਿਸੇ ਕੁੜੀ ਨੇ ਇੰਸਟਾਗ੍ਰਾਮ 'ਤੇ ਨਾ ਸਕਰੀਨਸ਼ਾਟ ਭੇਜਿਆ ਚੈਨਲ ਦਾ, ਉਹ ਕੁੜੀ ਆਪਣੇ ਗਾਣੇ ਵੱਧ ਸੁਣਦੀ ਹੋਣੀ, ਉਹਨੂੰ ਕਹਿੰਦੀ ਤੈਨੂੰ ਇਹ ਕੀ ਵਧੀਆ ਲੱਗਦਾ ਜ਼ਿਆਦਾ, ਦੂਜੀ ਨਹੀਂ ਸੁਣਦੀ ਹੋਣੀ, ਕਹਿੰਦੀ ਇਹ ਵੀ ਗਾਣੀ ਗਾਉਂਦਾ ਉਹ ਵੀ ਗਾਣੀ ਗਾਉਂਦੇ ਨੇ, ਕਹਿੰਦੀ ਲੋਕਾਂ ਦੇ ਗਾਣੇ ਵਿਕਰੇ ਦਾ ਐਟੀਟਿਊਡ ਦੇਖ ਲੈ।